ਉਸ ਮਹਾਨ ਅਸਥਾਨ ਤੇ ਸੇਵਾ ਕਰਨ ਵਾਸਤੇ ਆਏ ਹਾਂ ਜਿਸ ਦੀਆਂ ਦੁਨੀਆਂ ਦੇ ਵਿੱਚ ਕੋਈ ਪਰੰਪਰਾਵਾਂ ਨੇ, ਕੋਈ ਮਰਿਆਦਾ ਹੈ, ਕੋਈ ਸਿਧਾਂਤ ਹੈ ਤੇ ਇੱਥੋਂ ਮਨੁੱਖ ਨੂੰ ਜੀਵਨ ਦੀ ਜਾਂਚ ਦਾ ਰਸਤਾ ਦਿੱਤਾ ਜਾਂਦਾ। ਸਿਰ ਦਰਬਾਰ ਸਾਹਿਬ ਜਿੱਥੇ ਗੁਰੂ ਰਾਮਦਾਸ ਦਾ ਘਰ ਹੈ, ਬਾਣੀ ਦਾ 24 ਘੰਟੇ ਗਾਇਨ ਹੁੰਦਾ ਹੈ, ਬਾਣੀ ਸਰਵਣ ਕਰਾਈ ਜਾਂਦੀ ਹੈ, ਉੱਥੇ ਨਾਲ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸਾਡਾ ਸਭ ਤੋਂ ਮਹਾਨਤਾ ਵਾਲਾ ਸਥਾਨ ਹੈ ਜਿਹੜਾ ਸਾਨੂੰ ਮੀਰੀ ਅਤੇ ਪੀਰ ਦੇ ਸੰਦੇਸ਼ ਦੇ ਕੇ ਸਾਨੂੰ ਸੁਚੇਤ ਵੀ ਕਰਦਾ। ਕੋਈ ਸਿੱਖ ਗਲਤੀ ਕਰਦਾ ਉਹਨੂੰ ਝਿੜਕਦਾ ਵੀ ਹੈ ਤੇ ਪਰ ਬਾਣੀ 'ਚ ਲਿਖਿਆ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਜੇ ਬਖਸ਼ੇ ਗੁਰ ਵਡਿਆਈ, ਉਹ ਝਿੜਕੇ ਤਾਂ ਵੀ ਮਿੱਠਾ ਲੱਗਦਾ, ਜੇ ਉਹ ਬਖਸ਼ ਦੇਵੇ ਤੇ ਉਹਦੀ ਵਡਿਆਈ ਹੈ। ਸੋ ਇਸ ਕਰਕੇ ਕਰ ਉਪਦੇਸ਼ ਝਿੜਕੇ ਬਹੁ ਪਾਤੀ ਬਹੁਰ ਪਿਤਾ ਕਰ ਲਾਵੇ, ਉਹ ਗੱਲ ਵੀ ਲਾਉਂਦਾ, ਝਿੜਕਦਾ ਵੀ ਹੈ ਤੇ ਗੱਲ ਨਾਲ ਵੀ ਲਾਉਂਦਾ। ਸੋ ਬਖਸ਼ਿੰਦਾ ਮੇਰੇ ਪਾਤਸ਼ਾਹ। ਸੋ ਕੱਲ ਜਿਹੜੇ ਫੈਸਲੇ ਹੋਏ ਹੈ, ਸਾਨੂੰ ਸਕੂਨ ਇਸ ਗੱਲ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੁਨੀਆਂ ਵਿੱਚ ਗਈ, ਜਿਹੜੀ ਅੱਜ ਦੀ ਪੀੜ੍ਹੀ ਹੈ ਉਹਨੂੰ ਪਤਾ ਹੀ ਨਹੀਂ ਸੀ ਸੱਚਮੁੱਚ ਸ਼੍ਰੀ ਅਕਾਲ ਤਖਤ ਜੋ ਅਸੀਂ ਕਹਿੰਦੇ ਸੀਗੇ ਸੱਚਮੁੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਇੱਡੀ ਵੱਡੀ ਮਹਾਨਤਾ ਹੋਏਗੀ, ਇੱਡੀ ਵੱਡੀ ਤਾਕਤ ਹੋਏਗੀ, ਕੋਈ ਅੱਗੇ ਕੁਸਕਦਾ ਨਹੀਂ। ਕੱਲ ਦੁਨੀਆਂ ਦੇ ਲੋਕਾਂ ਨੇ ਵੇਖ ਲਿਆ, ਲਾਈਵ ਚੱਲਦਾ ਵੇਖ ਲਿਆ ਤੁਹਾਡੇ ਚੈਨਲਾਂ ਦੇ ਉੱਤੇ ਕਿ ਸੱਚਮੁੱਚ ਹੀ ਜਦੋਂ ਤਖ਼ਤ ਦੇ ਉੱਤੇ ਜਿੱਥੇ ਤੱਕ ਬੋਲਦੇ ਆ ਤੇ ਉਦੋਂ ਕੋਈ ਕੁਸਕ ਨਹੀਂ ਸਕਦਾ, ਕੋਈ ਝੂਠ ਨਹੀਂ ਬੋਲ ਸਕਦਾ। ਚਲੋ ਉਹਨਾਂ ਨੇ ਲਿਆ ਜੀ ਜੋ ਉਹਨਾਂ ਨੂੰ ਚੰਗਾ ਲੱਗਿਆ ਹੋਏਗਾ। ਅਕਾਲੀ ਦਲ ਅਕਾਲੀ ਦਲ ਪਹਿਲਾਂ ਵੀ ਇੱਕ ਸੀ, ਹੁਣ ਵੀ ਇੱਕ ਹੈ, ਕਿਉਂਕਿ ਉਦੋਂ ਵੀ ਅਸੀਂ ਸੁਧਾਰ ਹੀ ਸ਼ੁਰੂ ਕੀਤਾ ਸੀ, ਅਸੀਂ ਅਕਾਲੀ ਦਲ ਤੋਂ ਵੱਖਰੇ ਨਹੀਂ ਸੀ ਹੋਏ। ਜਿਹੜੀ ਕਮੇਟੀ ਬਣਾਈ ਤੁਹਾਨੂੰ ਬਾਹਰ ਕੱਢਣ ਦਾ ਜਿਹੜਾ ਹੁਕਮ ਸੀ ਅਕਾਲੀ ਦਲ ਦਾ, ਉਹ ਹੁਣ ਮਨਸੂਖ ਸਮਝਿਆ ਜਾਊਗਾ ਅਕਾਲ ਤਖਤ ਸਾਹਿਬ? ਉਹ ਸਾਰੇ ਮਨਸੂਖ ਹੀ ਹੈ। ਜਦੋਂ ਅਕਾਲੀ ਦਲ ਹੀ ਸਾਰਾ ਜਿਹੜਾ ਭੰਗ ਹੀ ਹੋ ਗਿਆ, ਸਮਝ ਲਓ ਕਿ ਦੁਬਾਰਾ ਭਰਤੀ ਹੋ ਰਹੀ ਹੈ, ਉਸ ਭਰਤੀ ਦੇ ਅਨੁਸਾਰ ਦੁਬਾਰਾ ਅਹੁਦੇਦਾਰ ਬਣਨਗੇ, ਉਹਦੇ ਸਾਰੇ ਅਸੀਂ ਇਕੱਠੇ ਹੋ ਕੇ ਭਰਤੀ ਕਰਾਂਗੇ। ਮੇਰਾ ਕਿਲ੍ਹਾ ਸ਼ਿਕਵਾ ਕਿਸੇ ਦਾ ਵੀ ਨਹੀਂ, ਪੰਥ ਦਾ ਨੁਕਸਾਨ ਹੋ ਰਿਹਾ ਸੀ ਤੇ ਮੈਂ ਤਾਂ ਫਰਿਆਦ ਲੈ ਕੇ ਆਈ ਸੀ ਮੇਰੇ ਕਿਲ੍ਹੇ।